चादर कटनी होंगी थोड़ी जी बस पानी कहता भर के मेले रख और फड़ाओ एंड कर ला अरे गले आ मैं वैसे पाल आई थी कि वो सुन के हटया सीगा मैं 10 मिनट रोटी खान के आऊं नहीं तू पिछो 9 कला करतियां डाकू पे गई तेनु ता यार 10 मिनट यार गाहक आया सीगा ओनु भी डील करना सीगा मेनू तो हुन पता नहीं लगा सीगा ता ना गाहक दा ते मौत दा नहीं पता कदों आणी है नहीं गाहक दा ते मेनू पता तेरी मौत मेरे को हुणे आई नहीं झाड़ू मार दे बार मैं झाड़ू मार देता पानी भरिया गिलास भर के तेरे ने रख दिता मैं यार पानी का वो भी सारा कुछ पहले करके रखता मैं कुत्ता वहां हाथ से पहले करी तू आप ही नहीं मैंने क्या करके रखी यार भी 10 मिनट में रोटी खाने का तू पुछ 10 मिनट हो गया तेन कितनी देर हो गई यार देखता आ की टाइम हो गया वा हवा 11 हो गए कितने बजे का गया वा यार तू 11 बजे का गया वा अजे तेन 15 मिनट हो गए यार इन्नी देर हो गई तेन गए मैं उस्ताद वा तू शागिर्द वा ओ यार शुक्र कर तेन मैं उस्ताद मनन दिया वा शुक्र कर तेरे को कोई शागिर्द नहीं है इतने तू तो 100 उस्ताद कर लिया है ना 100 उस्ताद कर लिया तेरे को लेनी है उस्ताद ही असली बकवास ना कर चल काम कर पड़ा काम कर रुपया पैसा बटिया कि नहीं वे का गया ते दे दिया कोई इथे बकवास क्यों करता को है हां चांडड़ा मारी मेरे मैं तेनू दसा इशारा कीता भाजी मैं कहना मारती ताडे खानदान नु तू जानदा इना दा पहला दाणा ही एडा माड़ा बाकी खानदान के दाणा रावा हुण कोल रुपया पैसा कोई भी नहीं हैगा बोल ले चाह के कोले बे जा तू चाह कह के चल ओ चाह पानी दा पीला पहले चाह तेनू रे बकवास करदा पी पानी चाबी टंग देनी सी खेलना पैसे दे पहले जवाब थौड़ा मार के तेरा थौड़ा पाड़ दे मैं खराब कर एनू डंडा पवा ला छड़ दे मैं तो वैसे गल की तू गल भी क्यों कर सिर पाड़ी सिर भाजी फिर कितने रख लो हूँ चाह पीए सिर का फिर कितने कर लेंगे पैसे देने पहले पैसे दे मेरा पक्का वादा फिर कितने दिन दे आते मैं तेरा सिर पाड़ दंगा फिर कितने रख मेरा पुत नहीं जो चाह का क्या वो हर दफा यही ड्रामा दिता मैं तेरा सिर पाड़ देना सिर पाड़ देना अच तू पाड़ता सही जायदा कर तिने थोड़े उत रख के आला पड़ जा बेटा है ਕਿਹੜਾ ਤੀਜਾ ਅਮੀਰ ਆਈ ਤੇ ਛੋਟਾ ਜਿਹਾ ਨਹੀਂ ਪਿਆ ਆ ਵੀ ਰੱਖਿਆ ਲੈ ਲੈ ਇਸ਼ਾਰਾ ਤੇ ਤੇਰਾ ਹੋਰ ਪਾਸੇ ਆਉਣ ਡਿਆ ਸੀਗਾ ਨਹੀਂ 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 ਪੁੱਤ ਨਹੀਂ ਮੇਰਾ ਦੇਖ ਲੈ ਸਿਗਰਟ ਨਹੀਂ ਮਤਲਬ ਕੰਮ ਨਹੀਂ ਸਿਖਾਉਂਦਾ ਹੈ ਸਿਗਰਟ ਹੈ ਅੱਗੇ ਤੋਂ ਡਰਾਵੇ ਨਹੀਂ ਦੇਣੇ ਮੈਨੂੰ ਅੱਛਾ ਭਾਜੀ ਆਹੋ ਠੀਕ ਹੈ ਹੋਰ ਦੱਤ ਕਿੱਥੋਂ ਜਾ ਰਹੇ ਹੁਣ ਜਿੱਥੋਂ ਦਿਲ ਕਰਦਾ ਭਾਜੀ ਲਿਆਓ ਪੈਸੇ ਦੇ ਫਿਰ ਦੇ ਪੈ ਅੱਛਾ ਭਾਜੀ ਨਹੀਂ ਪਾਣੀ ਪੀ ਲੈ ਬਸ ਠੀਕ ਹੈ ਚਾਹ ਬਣਾ ਲੈ ਉਹ ਪੈਸੇ ਦੇ ਤਾਂ ਮੰਮੀ ਪੀਣੀ ਆ ਮੈਂ ਘਰੋਂ ਪੀ ਕੇ ਨਹੀਂ ਆਇਆ ਭਾਜੀ ਉਹਨੂੰ ਫੜਾਏ ਹੋਏ ਆ जाके मेरा नाम तो लेवो बूटे पक्की गल जो चाह ना दी ना साथ
ਤੇ ਫਿਰ ਕਹਿ ਰਿਹਾ ਨਹੀਂ ਕਿ ਮੇਰੇ ਆਈ ਸਵੇਰ ਦੇ ਹਾਂ ਫਿਰ ਮੈਂ ਕਰ ਆਈ ਤੇ ਅੱਲਾ ਨੇ ਬਚਾ ਲਿਆ ਯਾਰ ਉਹਨੂੰ ਮੈਂ ਕਿਹਾ ਕੀ ਆ ਜਿਹਨਾਂ ਮੇਰੇ ਹੱਥੀ ਪੈਂਦਾ ਕਿਸੇ ਨੇ ਮੇਰੇ ਸੁੱਟ ਦੇਗਾ ਯਾਰ ਮੇਰਾ ਦਿਮਾਗ ਖਰਾਬ ਹੋ ਜਾਂਦਾ ਮੈਨੂੰ ਪਾਗਲ ਹੋ ਜਾਂਦਾ ਗੁੱਸੇ 'ਚ ਯਾਰ ਕਿੰਨੀਆਂ ਚਾਵਾਂ ਦਾ ਕਿਹਾ ਸੀ ਇੱਕ ਭਾਜੀ ਤੇ ਅਸਾਂ ਨੇ ਪੀਣੀ ਸੀ ਨਹੀਂ ਨਹੀਂ ਅਸੀਂ ਕੋਈ ਲੱਲੀਆਂ ਦੇ ਬਾਹਰ ਆ ਨਹੀਂ ਤੂੰ ਹੀ ਪੀਣੀ ਆ ਮੈਂ ਤਾਂ ਨਹੀਂ ਪੀਣੀ ਤੂੰ ਤੁਸੀਂ ਤਾਂ ਆਪਣਾ ਕਹਿਣ ਡਿਆ ਮੈਂ ਚਾਹ ਪੀਣੀ ਆ ਮੈਂ ਤਾਂ ਤੁਹਾਡੇ ਲਈ ਭਾਜੀ ਕਹੀ ਆ ਮੈਂ ਤਾਂ ਨਹੀਂ ਪੀਣੀ ਮੈਂ ਤਾਂ ਘਰੋਂ ਪੀ ਕੇ ਆਇਆ ਵਾਂ ਤੇ ਫਿਰ ਮੈਨੂੰ ਪਹਿਲੇ ਦੱਸਣਾ ਸੀਗਾ ਉੱਥੇ ਜਾ ਕੇ ਪੀ ਲਈ ਆਪ ਭਾਜੀ ਉੱਥੇ ਪੀ ਲਓ ਤੁਸੀਂ ਜਿੱਥੇ ਦਿਲ ਕਰਦਾ ਚਾਹ ਲੈ ਕੇ ਮੈਂ ਪਾਰਕ ਚਲ ਜਾ ਚਾਹ ਲੈ ਕੇ ਫਾਰਮ ਦੁਨੀਆ ਚਲ ਜਾ ਚਾਹ ਲੈ ਕੇ ਘਰ ਚਲ ਜਾ ਜਿੱਥੇ ਦਿਲ ਕਰਦਾ ਚਾਹ ਪੀ ਹੁਣ ਕਹਿੰਦੇ ਪੀਣੀ ਆ ਤੁਸੀਂ ਪੀਣੀ ਚੱਲ ਲੈ ਕੇ ਆ ਫਿਰ ਚੱਲ ਹਾਂ ਪੀਣੀ ਕਹਿੰਦੇ ਮੈਂ ਹੀ ਆ ਨਾ ਤੇ ਫਿਰ ਲੈ ਕੇ ਆਓ ਇਹ ਜ਼ਿਆਦਾ ਕਾਹਦੀ ਜ਼ਿਆਦਾ ਆ ਜੋ ਤੁਸੀਂ ਚਾਹ ਪੀਣੀ ਆ ਤੇ ਮੈਂ ਨਹੀਂ ਲੈ ਕੇ ਆਉਣੀ ਮੈਂ ਹੀ ਲਿਆਉਣੀ ਆ ਨਾ ਤੇ ਜਦੋਂ ਮੈਂ ਪੀਣੀ ਆ ਤੇ ਕਹਿੰਦੇ ਲਿਆਉਣੀ ਆ ਤੇ ਤੁਸੀਂ ਨਹੀਂ ਲਿਆਉਣੀ ਇਹ ਰਲ ਮਿਲ ਕੇ ਕੰਮ ਹੋਣੇ ਇੱਥੇ ਹੋਣਾ ਆ ਫੈਸਲੇ ਹੋ ਗਏ ਆ ਜ਼ਿਆਦਾ ਆ ਓਏ ਉੱਠ ਪੈ ਹੁਣ ਜਾਂਦਾ ਨਹੀਂ ਉਸਤਾਦ ਬਣਨ ਨੂੰ ਰੋਣ ਰਿਹਾ ਵਾ ਚਾਹ ਭਲਾ ਘਰੋਂ ਪੀ ਕੇ ਆਇਆ ਕਰ ਵਾਲੇਕੁਮ ਸਲਾਮ ਕਿੱਦਾਂ ਕੀ ਗੱਲ ਸਕੂਲ ਨਹੀਂ ਗਿਆ ਕੌਣ ਹੋਰ ਕੌਣ ਮੈਂ ਭਾਜੀ ਕੰਮ ਕਰਦਾ ਇੱਥੇ ਦੁਕਾਨ ਆਪਣੀ ਆ ਤੇਰੀ ਦੁਕਾਨ ਆਪਣੀ ਦੁਕਾਨ ਆ ਪੜ੍ਹਦਾ ਨਹੀਂ ਤੂੰ ਉਹ ਭਾਜੀ ਕਿੱਥੇ ਪੜ੍ਹਦਾ ਵਾਂ ਮੈਂ ਯਾਰ ਕੰਮ ਕਰਦਾ ਵਾਂ ਆਪਣੀ ਦੁਕਾਨ ਆ ਭੈਣ ਆ ਚੁੱਲ੍ਹੇ ਚੁੱਲ੍ਹੇ ਹਰ ਚੀਜ਼ ਆਪਾਂ ਬਣਾਈ ਦੀ ਇੱਥੇ ਉਹ ਦਿਖਾ ਦਾ ਚੁੱਲ੍ਹਾ ਉਹ ਕਿਹੜਾ ਚਾਹੀਦਾ ਤੁਹਾਨੂੰ ਉਹ ਜਿਹੜਾ ਇੱਧਰ ਆਓ ਕਿਹੜਾ ਚਾਹੀਦਾ ਆਹ ਜਿਹੜਾ ਹੱਥ ਲਾ ਕੇ ਦਿਖਾਓ ਆ ਚੁੱਲ੍ਹਾ ਤੂੰ ਬਣਾਇਆ ਵਾ ਹਾਂਜੀ ਭੈਣ ਆਹ ਦਿਖਾ ਆਹ ਜਿਹੜਾ ਆਹ ਨੁੱਕਰ ਵਾਲਾ ਆ ਉਹ ਜਿਹੜਾ ਦੇਖੋ ਗੌਰ ਨਾਲ ਦੇਖੋ ਉਹਨੂੰ ਨਹੀਂ ਥੱਲੇ ਲਾ ਕੇ ਦਿਖਾ ਥੱਲੇ ਲਾ ਕੇ ਦਿਖਾਉਣਾ ਤੁਸੀਂ ਆਪ ਅੱਗੇ ਨੂੰ ਖੜਾ ਥੋੜੇ ਜਿਹੇ ਇੱਥੇ ਕਰੋ ਤੇ ਆ ਜਾਓ ਅਲਾ ਹੁਣ ਦੇਖੋ ਹੈਂ ਹੁਣ ਦੇਖੋ ਉਹ ਏਦਾਂ ਨਹੀਂ ਥੱਲੇ ਲਾ ਕੇ ਚੈੱਕ ਕਰਾ ਦਿਖਾ ਉਹ ਚਲੋ ਆਪ ਹੀ ਲਾ ਲਓ ਤੁਸੀਂ ਦੇਖਣ ਲਾਇਆ ਕਿੱਦਾਂ ਵਾ ਇਹ ਲਾਇਆ ਇੰਜ ਹੀ ਬਣਾ ਕੇ ਇੱਕ ਬੰਦਾ ਆਇਆ ਸੀਗਾ ਉਹਨੂੰ ਮੈਂ ਕਿਹਾ ਉੱਥੇ ਲਾ ਦੇ ਉਹਨੂੰ ਕਰਾਤਾ ਹੁਣ ਮੈਂ ਕਿਹਾ ਉੱਥੇ ਰੱਖ ਤੇ ਹੁਣ ਥੱਲੇ ਕਿੱਦਾਂ ਲਾਉਣਾ ਵਾ ਇਹ ਹੁਣ ਤੁਸੀਂ ਲੈਣਾ ਨਾ ਉਹ ਮੈਂ ਤਾਂ ਦੇਖਣਾ ਵਾਲੇ ਲੈਣਾ ਨਹੀਂ ਹੈ ਤੇ ਦੇਖ ਲਓ ਨਾ ਲਾ ਕੇ ਯਾਰ ਤੂੰ ਆਪਣੀ ਰੇਂਜ ਦੇ ਹਿਸਾਬ ਨਾਲ ਚੀਜ਼ਾਂ ਲਾ ਨਾ ਐਡੀ ਉੱਚੀ ਲਾਤੀ ਹੁਣ ਲਾਏਗਾ ਕਿੱਦਾਂ ਕਿ ਗਾਹਕ ਮੋੜ ਦੇਣ ਭੈਣ ਗਾਹਕ ਫਿਰ ਦੂਰੋਂ ਦੂਰੋਂ ਦੇਖਦੇ ਆ ਨਾ ਉੱਚੀਆਂ ਚੀਜ਼ਾਂ ਦੇਖਦੇ ਆ ਦੁਕਾਨ ਭਰੀ ਭਰੀ ਵੀ ਦੇਖਦੇ ਉਹ ਉਤਲਾ ਕਿੱਦਾਂ ਲਾਏਗਾ ਉਹ ਉਤਲਾ ਵੀ ਉਹ ਵੀ ਇੰਜ ਹੀ ਲਾਵਾਂ ਕਿੱਦਾਂ ਹਾਂਜੀ ਜੇ ਮੈਂ ਦੇਖਣਾ ਤੁਸੀਂ ਇਹ ਕਿੰਨੇ ਦਾ ਵਾ ਇਹ ਭੈਣ ਚੈੱਕ ਕਰ ਲਓ ਤੁਸੀਂ ਚੱਲ ਕਰਾ ਚੈੱਕ ਹਾਂ ਲਾ ਲਓ ਚੈੱਕ ਕਰ ਲਓ ਯਾਰ ਇਹ ਮੇਰਾ ਕੰਮ ਨਹੀਂ ਕੋਈ ਚੀਜ਼ ਚੂ ਡੇਗੀ ਤੂੰ ਕਹੇਗਾ ਬਾਅਦ ਚ ਮੇਰੀ ਚੀਜ਼ ਤੋੜ ਦੀ ਮੇਰਾ ਨੁਕਸਾਨ ਕਰ ਤਾ ਨਹੀਂ ਭਾਇਆ ਤੁਹਾਨੂੰ ਕਾਹਦੇ ਕਹਿਣਾ ਅੱਲਾ ਮਾਫ ਕਰੇ ਤੂੰ ਲਾਓ ਕਰੋ ਚੈੱਕ ਕੁਛ ਗਿਰ ਦੇ ਕੇ ਰੱਖ ਤੂੰ ਵੱਡਾ ਆ ਸ਼ਿਗਰ ਤਾਂ ਰੱਖਿਆ ਵਾ ਇੱਕ ਕਿੱਥੇ ਆ ਉਹ ਚਾਹ ਲੈਣ ਗਿਆ ਅੱਖੀ ਨਹੀਂ ਰੱਖਦਾ ਬੜਾ ਲੇਟ ਆਉਂਦਾ ਅੱਜ ਕੱਲ੍ਹ ਸ਼ਿਗਰ ਦਾ ਰੱਖਣ ਦਾ ਵੀ ਦੌਰ ਹੈ ਨਹੀਂ ਆ ਕਿੰਨੇ ਦਾ ਇਹ ਭਾਇਆ ਤੁਹਾਡੇ ਵਾਸਤੇ ਨਾ 2500 ਦਾ ਮੇਰੇ ਵਾਸਤੇ ਕਿਉਂ ਮੈਨੂੰ ਜਾਣਦਾ ਤੂੰ ਨਹੀਂ ਜਾਣਦੇ ਤੁਸੀਂ ਪਿਆਰ ਵਾਲੇ ਜੀ ਲੱਗਦੇ ਹੋ ਸਰ ਆਪੀ ਮੇਰੇ ਵਾਸਤੇ ਕੀ ਮਤਲਬ ਕਿਉਂ ਕਿ ਰਿਸ਼ਤੇਦਾਰੀ ਆਪਣੇ ਉਹਨੇ ਪਾਇਆ ਰਿਸ਼ਤੇਦਾਰੀ ਨੂੰ ਮੈਂ ਤੇ ਉਹ ਪਿਆਰ ਮੁਹੱਬਤ ਪਿਆਰ ਮੁਹੱਬਤ ਦੂਜਿਆਂ ਵਾਸਤੇ ਕਿੰਨੇ ਦਾ ਦੂਜਿਆਂ ਵਾਸਤੇ ਵੀ ਪਾਇਆ 2500 ਦਾ ਹੀ ਜਿੰਨੇ ਤੇ ਕਹਦਾ ਸਾਨ ਕਰਨੇ ਆ ਤੁਹਾਡੇ ਵਾਸਤੇ 2500 ਦਾ ਉਂਝ 2500 ਦਾ ਹੀ ਆ ਪਾਇਆ ਸਭ ਵਾਸਤੇ 2500 ਦਾ ਤੁਹਾਡੇ ਵਾਸਤੇ ਵੀ 2500 ਦਾ ਤੂੰ ਇੱਕ ਨਾ ਛੋਟੀ ਜਿਹੀ ਦੁਕਾਨ ਬਣਾ ਜਿੱਦਾਂ ਭੈਣ ਭਰਾਉਣੇ ਨਹੀਂ ਖੇਡੇ ਦੇ ਬੱਚੇ ਅਸਲਾਮ ਅਲੈਕਮ ਵਾਲੇਕਮ ਸਲਾਮ ਚਾਹ ਹੈ ਚਾਹ ਆਓ ਭਈਆ ਪੀਲਾ ਚਾਹ ਕੇ ਚੱਲ ਹਾਂਜੀ ਭਾਜੀ ਤੁਸੀਂ ਭਾਜੀ ਮਾਲਕ ਦੁਕਾਨ ਦਾ ਦੁਕਾਨ ਤੁਹਾਡੀ ਹਾਂਜੀ ਉਹ ਤੇ ਬੱਚਾ ਕਹਿ ਰਿਹਾ ਮੇਰੀ ਹੈ ਦੁਕਾਨ
ਭਾਜੀ ਮੇਰੀ ਗੱਲ ਸੁਣੋ, ਇਹ ਦਿਖਾਓ ਜ਼ਰਾ ਤੁਸੀਂ। ਇਹ ਹਲਕੀ ਚਾਦਰ ਦੀ ਹੈ ਯਾਰ, ਹਲਕੀ ਚਾਦਰ ਦੀ ਆ। ਤੁਸੀਂ ਕਿੰਨੀ ਕੁ ਭਾਰੀ ਦੀ ਲੈਣੀ ਭਾਜੀ? ਵੱਡਾ, ਇਸ ਤੋਂ ਵੱਡਾ ਮਿਲ ਜਾਏਗਾ? ਮਿਲ ਜਾਏਗਾ। ਚਾਦਰ ਜ਼ਰਾ ਭਾਰੀ ਭਾਜੀ, ਗੱਲ ਸੁਣੋ। ਪਤਾ ਕੀ ਗੱਲ ਆ, ਭਲਾ ਅਸੀਂ ਪਿੰਡੋਂ ਸ਼ਹਿਰ ਆ ਗਏ ਹਾਂ, ਠੀਕ ਆ, ਸ਼ਹਿਰਦਾਰੀ ਨੂੰ, ਲੇਕਿਨ ਅਸੀਂ ਅਪਣਾਇਆ ਨਹੀਂ ਹੈਗਾ। ਮੈਂ ਸ਼ਹਿਰ 'ਚ ਦੇਖਿਆ ਵਾ ਲੋਕ ਛਾਪਰਾਂ 'ਚ ਦੁੱਧ ਲਈ ਫਿਰਦੇ ਆ ਯਾਰ, ਰੌਣਕ ਗੱਲਾਂ ਦੀ ਦੇਖ ਲਓ, ਛਾਪਰਾਂ 'ਚ ਬਰਕਤ ਹੀ ਨਹੀਂ ਰਹੀ ਕਿਸੇ ਚੀਜ਼ ਦੀ ਵਿੱਚ, ਠੀਕ ਆ ਨਾ। ਤੁਸੀਂ ਸ਼ਹਿਰ ਨੂੰ ਅਪਣਾਇਆ ਨਹੀਂ ਹੈ? ਉਹ ਸ਼ਹਿਰ 'ਚ ਆ ਗਏ, ਅੱਲਾ ਨੇ ਚਾਰ ਪੈਸੇ ਦੇ ਤੇ ਨਾ ਸ਼ਹਿਰ ਆ ਗਏ, ਲੇਕਿਨ ਸਾਡਾ ਮਨ ਅੰਦਰੋਂ ਪੇਂਡੂ ਹੀ ਆ। ਪਿੰਡ 'ਚੋਂ ਸੀਗੇ ਚਾਰ ਪੈਸੇ ਖੋਲਦੇ ਸੀ ਕੋਈ? ਹਾਂਜੀ, ਹੁਣ ਕੰਮ ਸਾਰਾ ਇੱਥੇ ਸੈਟਅਪ ਹੋ ਗਿਆ, ਬੱਚੇ ਇੱਥੇ ਪੜ੍ਹਦੇ ਆ, ਹੁਣ ਮਜਬੂਰੀ ਬਣ ਗਈ ਆ, ਪਿੰਡੋਂ ਦੁੱਧ ਆਉਂਦਾ ਵਾ ਇਕੱਠਾ ਸਾਨੂੰ, ਤੇ ਪਿੰਡ ਵਾਲੇ ਵੀ ਹੁਣ ਇੱਦਾਂ ਹੀ ਕਰਦੇ, ਨੀਲੀਆਂ ਡਰਾਮੀਆਂ 'ਚ ਭੇਜ ਦਿੰਦੇ ਆ ਦੁੱਧ। ਚੰਗੀ ਗੱਲ ਆ ਜੀ ਭਾਜੀ, ਪਿੰਡ ਦੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ, ਖਾ ਲਓ। ਉਹ ਕਿੰਨਾ ਲੀਟਰ ਲੈਣਾ? ਵੱਡਾ ਦਿਖਾਓ ਭਾਜੀ, ਪਰ ਵੱਡਾ ਦਿਖਾਓ ਭਾਰੀ ਚਾਦਰ ਦਾ ਭਾਜੀ, ਦਿਖਾਇਆ ਜ਼ਰਾ ਕੋ ਵੱਡਾ ਯਾਰ। ਦੁੱਧ ਆਉਣਾ ਹੁੰਦਾ ਪਿੰਡੋਂ ਭਾਜੀ ਬੱਚਿਆਂ ਵਾਸਤੇ, ਖਾਲਸ ਦੁੱਧ, ਸ਼ਹਿਰ 'ਚ ਦੁੱਧ ਹੀ ਨਹੀਂ ਲੱਭਦਾ ਸਹੀ। ਇਹ ਵੀ ਉੱਡਾ ਹੀ ਆ ਭਾਜੀ। ਅੱਛਾ, ਵੱਡਾ ਚਾਹੀਦਾ ਸਾਇਜ਼? ਹਾਂਜੀ, ਚਾਦਰ ਵੀ ਭਾਰੀ। ਇਹ ਸੇਮ ਹੀ ਹੈ, 10 ਕਿਲੋ ਦਾ ਹੀ ਆ। ਇਹ ਛੋਟਾ ਵਾ ਭਾਜੀ, ਉਸ ਤੋਂ ਨਹੀਂ ਜੀ, ਚਾਦਰ ਭਾਰੀ ਆ ਨਾ, ਤੁਹਾਨੂੰ ਛੋਟਾ ਵੱਡਾ ਚਾਹੀਦਾ ਕਿ ਭਾਰੀ ਚਾਦਰ ਵਾਲਾ ਚਾਹੀਦਾ? ਇੱਕ ਸ਼ਾ ਮਿਲਣੀ ਭਾਜੀ, ਭਾਜੀ ਭਾਰੀ ਚਾਦਰ ਵਾਲਾ ਹੋਵੇ ਜਿੱਥੇ ਦੁੱਧ ਖਰਾਬ ਨਾ ਹੋਵੇ। ਨਹੀਂ, ਤੁਸੀਂ ਤਾਂ ਗੋਲੀ ਰੋਕਣੀ ਹੈ ਭਾਰੀ ਚਾਦਰ ਯਾਰ। ਚੀਜ਼ ਇੱਕ ਵਾਰੀ ਬਾਰ ਬਾਰ ਲੀਕ ਹੋ ਗਿਆ, ਬੱਸਾਂ ਤੇ ਆਉਣਾ ਵਾ, ਮਾੜਾ ਮੋਟਾ ਐਵੇਂ ਲੀਕ ਹੋ ਗਿਆ ਤੇ ਸਾਰਾ ਦੁੱਧ ਜਾਂਦਾ ਰਹਿਣਾ ਵਾ। ਨਹੀਂ, ਤੁਸੀਂ ਆਪਣੀ ਗੱਡੀ ਤੇ ਲੈ ਕੇ ਆਉਣਾ, ਚਾਰ ਪੈਸੇ ਨਹੀਂ ਇਹਦਾ। ਗੱਡੀ ਹੁਣ ਰੋਜ਼ਾਨਾ ਪਿੰਡੋਂ ਆਉਂਦੀ ਹੈ ਯਾਰ, ਉੱਥੇ ਦੁੱਧ ਲਡਾ ਦਿੰਦੇ ਹੋ ਤੇ ਨਾਲੇ ਵੱਡਾ ਦਿਖਾਓ, ਭਾਰੀ ਚਾਦਰ ਦਾ ਦਿਖਾਓ। ਰੋਜ਼ਾਨਾ ਤੰਗ ਹੋਈ ਦਾ ਯਾਰ, ਬੜੀ ਪਰੇਸ਼ਾਨੀ ਬਣੀ ਆ। ਕਰੀ ਜਾਣ ਡਿਆ ਵਾ, ਬੋਲਣ ਤੇ ਲੱਕ ਧਰਿਆ। ਓਏ, ਤੂੰ ਤੇ ਕਹਿੰਦਾ ਸੀ ਮੈਂ ਉਸਤਾਦ ਆ। ਹੱਥ ਸਲਾਮਤ ਭਾਜੀ, ਹੱਥ ਨੇ ਸਾਰਾ ਕੰਮ ਕਰੀਦਾ, ਹੁਣ ਮੈਂ ਅੱਖ ਨਾ ਬਣਾਉਣਾ ਵਾ ਯਾਰ। ਹਲਕੀ ਹਲਕੀ ਲੱਗਣ ਦੇ ਦੇਣ, ਹਲੇ ਇਹ 'ਚ ਦੁੱਧ ਪੈਣਾ ਵਾ, ਤੇ ਦੁੱਧ ਪਾਓਗੇ ਤਾਂ ਵਜਣੀ ਹੋਏਗੀ। ਹੁਣ ਤੁਹਾਨੂੰ 40 ਕਿਲੋ ਦਾ ਪੀਪਾ ਹੀ ਦੇ ਦੇਵਾਂ। ਉਹ ਭਾਰੀ ਚਾਦਰ ਦੀ ਆ ਭਾਜੀ, ਤੁਹਾਨੂੰ ਮੈਂ ਕੱਲੀ ਚਾਦਰ ਦੇ ਦੇਣਾ, ਘਰ ਜਾ ਕੇ ਫੜਾ ਲਿਓ ਫਿਰ। ਇਹ ਵੀ ਹਲਕੀ ਚਾਦਰ ਆ, ਫਿਰ ਤੁਹਾਨੂੰ ਖੇਸ ਦੀ ਬਣਾ ਦੇਵਾਂ, ਮੋਟੇ ਖੇਸ ਦੀ। ਬੱਚਾ ਤੁਹਾਡਾ ਮੈਨੂੰ ਕੀ ਕਹਿ ਰਿਹਾ ਸੀ ਅੱਗੇ? ਕੀ ਕਹਿ ਰਿਹਾ? ਮੈਂ ਦੁਕਾਨ ਦਾ ਮਾਲਕ, ਮੈਂ ਮੈਂ ਪਿੱਛੋਂ ਦੀ, ਮੈਂ ਤੇਰੀ ਬਹੁਤ ਬਦਤਮੀਜ਼ੀ ਬਰਦਾਸ਼ਤ ਕਰ ਗਿਆ। ਭਾਜੀ ਹੁਣ ਕਿੰਨੇ ਪੈਸੇ ਦਿਓਗੇ? ਕਹਿੰਦਾ ਇਹਨੂੰ ਜਾ ਲੈਂਦੇ, ਫਿਰ ਮੇਰੇ ਨਾਲ ਗੱਲ ਕਰੀ। ਆਪਾਂ ਹੁਣ ਜਾਣਾ ਨੀ ਕਿਤੇ? ਹਾਂ, ਉਹ ਦੇ ਫਿਰ ਬਦਤਮੀਜ਼ ਆ ਜੇ। ਅੱਛਾ ਭਾਈ, 6,000 ਰੁਪਏ ਦਿਓ। ਭਾਜੀ ਮੇਰੀ ਗੱਲ ਸੁਣੋ, ਜਦੋਂ ਕਿਤੇ ਅੰਦਰ ਬਾਹਰ ਆਉਣਾ ਜਾਣਾ ਹੋਵੇ ਨਾ, ਉਹ ਥੋੜ੍ਹੀ ਹਾਈਟ ਵਾਲਾ ਬੰਦਾ ਇੱਥੇ ਖਿਲਾਰ ਕੇ ਜਾਇਆ ਕਰੋ। ਕਿਉਂ ਭਾਜੀ? ਮੈਨੂੰ ਕਈ ਆਉਂਦੇ ਆ, ਚੁੱਲ੍ਹਾ ਦਿਖਾ ਕਹਿੰਦਾ ਦੇਖ ਲਾ। ਤੁਸੀਂ ਬਾਹਰੋਂ ਦੇਖ ਲੈਂਦੇ, ਬਾਹਰ ਵੀ ਸਾਰਾ ਇੱਕੋ ਸਾਇਜ਼ ਪਿਆ ਭਾਜੀ। ਬੱਚਾ ਹੈ ਨਹੀਂ, ਕਿਉਂ ਲੱਗਦਾ ਮੈਨੂੰ ਇਦਾਂ ਦੀ ਕਿ ਬਾਹਰ ਵੀ ਪਏ ਆ? ਤੂੰ ਬਾਹਰੋਂ ਨਹੀਂ ਦਿਖਾ ਸਕਦਾ ਚੁੱਲ੍ਹੇ? ਹੈ ਦੁਕਾਨ ਪਾ ਕੇ ਦੇਣੀ ਭਾਜੀ? ਤੁਸੀਂ ਬਹੁਤ ਹਲਕੀਆਂ ਹਲਕੀਆਂ ਚਾਦਰਾਂ ਦੇ ਰੱਖੇ, ਮਤਲਬ ਚੁੱਲ੍ਹੇ ਵੀ ਤੁਸੀਂ ਏਦਾਂ ਦੇ ਬਣਾਏ ਆ। ਐ ਦੇਖੋ ਨਾ, ਜੇ ਚਾਹ ਪਾਣੀ ਪੀਨੇ ਤੁਸੀਂ ਕਿੱਡਾ ਭਾਰੀ ਆ, ਜਿੰਨਾ ਇਹਦਾ ਵਧਣਾ ਓਨਾ ਇਹਦਾ ਵਧਣਾ। ਇਹ ਚੁੱਕਣ ਲੱਗਿਆ ਤੁਹਾਡਾ ਗੁੱਟ ਮੁੜ ਗਿਆ। ਮੈਂ ਤੁਹਾਨੂੰ ਹਰ 5 ਸਾਲ ਦੀ ਗਰੰਟੀ ਆ, ਹਰ ਸ਼ਹਿ ਆਪਣੇ ਹੱਥ ਨਾਲ ਬਣਾਈ ਆ, ਭਾਰੇ ਟਾਂਕੇ ਲਾਏ ਆ, ਸਾਰਾ ਕੁਛ ਓਕੇ।
चादर एडी भारी नहीं है, कुंडा पा दवा टक्कर ला दवा दुध लाया करो यार, इस तो वड्डा नहीं आया तुहाडे कोल, ऐदा कहो ना कि वड्डा लेना चादर तो नुक्स कद कड़ी जाने। अच्छा भाजी हल्के दिखा दे भारे पीस कि पे है माड़े पीस है ना भाजी आलो दिखा के भारा ही है यार कि भारा ही है ऐदा ना। हाँ भाजी चदर का नहीं है मिट्टी का वा है किन्ने का वा सिर पाड़ दना नहीं भाई दुध ला के लेना हुंदा वा दुध पिंडो घट आउण लग पे तीन चार दिन हो गए अगे लांबे आउण डे दुध पूरा नहीं हो रहा। अच्छा भाजी भारी चादर दिखाई तू तो ट्रेन लगा पीपिया में दिखा जरा यार इतो वा दिखा इदा कर ना मेरी गल सुन पता लगता इलाके दुध आ रहे इन्होंने घर की भला बहार तो पै ही कोई नहीं बंदा भी चंगा वा परहेज बंदा ठीक है चंगा वा शरीफ बंदा उतो समान सही है साढ़े चार सौ किलो वाला नहीं है नहीं बराबर ही है देखो ने कुछ भाजी देखते सही इतने तक आते हैं यह है दूजा ए पाने वाला। अच्छा ए पाने वाला वा ए मिला करके ना उदा कर देंगे इदा हो जाएगा रखे तुम देने किन्ने हूँ बैठो भाजी बह गल कर भाजी कोई इस तो वाडा है कि नहीं है दसो भाजी फुल साइज आ वैसे मैं आपस की गल दुध आना कि पिंडो पिंडो तीन पा दुध आया करना इदा महल च जरा वैल्यू होंगी है बंदे की उन्होंने पता लगता पिंडो दुध आ नहीं नहीं तीन पा दुध आहो तीन पा दुध आया करना यार किलो चो भी पाई घट
ਪਿੰਡ ਪੱਕੇ ਲੱਗੇ ਹੋਏ ਆ ਸਾਡੇ, ਉੱਥੇ ਮੱਝਾਂ ਰੱਖੀਆਂ ਵਾ, ਬਾਣ ਲਵਾਈ ਹੋਈ ਆ। ਤਿੰਨ ਪਾ ਦੋ ਸਾਹਿਬ, ਇਹਨੇ ਪੀ ਲਿਆ ਕਰਨਾ। ਤਿੰਨ ਪਾਦੇ ਅੰਦਰ ਲੱਗ ਜਾਣਾ ਭਾਜੀ, ਭਾਰੀ ਚਾਦਰ ਦੁੱਧ ਝਾਤੀਆਂ ਮਾਰਦਾ ਵਿੱਚੋਂ, ਤੁਹਾਨੂੰ ਕਿੰਨੀ ਕੁ ਭਾਰੀ ਚਾਦਰ ਚਾਹੀਦੀ ਤਿੰਨ ਪਾ ਦੁੱਧ ਲੈਣ ਆ? ਇਹਦਾ ਇੰਨਾ ਕੁ ਤਾਂ ਬਿੱਲੀ ਲਿਆਉਂਦੀ ਹੁੰਦੀ ਆ, ਤਿੰਨ ਪਾ ਦੁੱਧ ਦੱਸ ਦੂ ਭਾਜੀ। ਇੱਦਾਂ ਜਿਹੜਾ ਮਹੱਲੇਦਾਰ ਆ, ਜਿਹੜੇ ਆਂਢ ਗੁਆਂਢ ਨਾ, ਉਹਨਾਂ ਨੂੰ ਕੰਨ ਹੋ ਜਾਂਦੇ ਆ। ਉਹ ਮੈਨੂੰ ਵੀ ਕੰਨ ਹੋ ਗਏ ਆ, ਚੀਜ਼ਾਂ ਨੂੰ ਸਾਰੀਆਂ ਭਾਰੀ ਚਾਦਰ ਦੀਆਂ ਮੰਗਣਗੀਆਂ, ਜਿਵੇਂ ਬਾਬਾ ਧਵਾ ਕੇ ਇਸਤੇਮਾਲ ਕਰੀਆਂ ਚੀਜ਼ਾਂ ਤੋਂ। ਕਿੱਡਾ ਤੈਨੂੰ ਭਾਰੀ ਚਾਦਰ ਚਾਹੀਦੀ ਆ? ਦੱਸ ਚੱਲ ਰੱਖ ਉੱਥੇ ਚੱਲ ਕੇ। ਭਾਜੀ ਗੱਲ ਸੁਣੋ, ਸਾਈਜ਼ ਤੇ ਬਣਾ ਦਿਓ ਭਾਰੀ ਚਾਦਰ ਦਾ। ਉਹ ਫੜਾ ਚੱਲ ਕੇ ਕੋਈ ਡੋਲ ਡੂਲ ਲੈ ਮੇਰਾ ਭਾਈ, ਹੈਂ ਤਿੰਨ ਪਾ ਦੁੱਧ ਦਾ, ਤੂੰ ਖੀਸੇ 'ਚ ਪਾ ਲਿਆ ਕਰ, ਰੱਖ ਉੱਥੇ ਚੱਲ ਪੀਪਾ, ਦੁੱਧ ਵਾਲਾ ਪੀਪਾ ਰੱਖ। ਤੂੰ ਆਪਣਾ ਪੀਪਾ ਵੇਚ, ਦੁੱਧ ਮੈਂ ਜਿੰਨਾ ਮਰਜ਼ੀ ਪਾਵਾਂ ਵਿੱਚ, ਤੈਨੂੰ ਕੋਈ ਮਸਲਾ? ਦੱਸ ਤੂੰ ਲੈਣਾ ਹੀ ਨਹੀਂ ਹੈਗਾ? ਮੈਂ ਲੈਣ ਆਇਆ ਵਾਂ ਤੇ ਮੈਂ ਲੈਣ ਹੀ ਨਹੀਂ। ਦੇ ਪੈਸੇ ਪੈ ਲੈ, ਉਹ ਭਾਰੀ ਚਾਦਰ ਦਾ ਦਿਖਾਈ ਨਾ, ਤੇ ਫੇਰ ਕਿਹੜੀ ਭਾਰੀ ਚਾਦਰ ਦਿਖਾ ਦਵਾਂ ਮੈਂ ਦਾ ਦੇ? ਤੂੰ ਛੱਤੋਂ ਸੁੱਟਣਾ ਹੈ ਕਿਹੜੀ ਕਿ ਭਾਰੀ, ਤੂੰ ਰੂਲਾ ਲਗਾਉਂਦਾ? ਤੂੰ ਪਾਉਣਾ ਤੂੰ ਦੁੱਧ ਵਾ, ਭਾਰੀ ਚਾਦਰ ਤੈਨੂੰ ਚਾਹੀਦੀ, ਭਾਰੀ ਚਾਦਰ ਚਾਹੀਦੀ ਆ। ਇੱਕ ਮਿੰਟ ਲੈਣਾ ਵਾ, ਉਦਾਂ ਨਾ ਰੱਖੀ, ਕਿਉਂ ਉਧਰ ਸਿਰ ਪਾੜ ਦੇਣਾ ਜੇ ਉਧਰ ਰੱਖਿਆ ਤੂੰ? ਇਹਦਾ ਤੇਰਾ ਪਾੜ, ਉਹ ਸਿਰ ਪਾੜ ਪਾੜ, ਦੇਖਦਾ ਨਹੀਂ ਆ, ਉਹ ਸਿਰ ਪਾੜ ਪਾੜ ਛੱਡ, ਸਿਰ ਪਾੜ ਮੇਰਾ, ਸਿਰ ਪਾੜ ਮੇਰਾ, ਉਹ ਇਹਨੂੰ ਕਿਹਾ ਸਿਰ ਪਾੜ ਦੇ।